ਹੁਣ ਤਾਂ ਮੈਂ ਤਾਂ ਆਪ ਵੀ ਘਰ ਆ ਗਿਆ, ਪੈਸੇ ਤਾਂ ਮੋੜਨੇ ਪੈਣੇ ਉਹਨੂੰ, ਪਰ ਇਕੱਠਾ 15,000 ਲਿਆਵਾਂ ਕਿੱਥੋਂ ਮੈਂ। ਮੰਮੀ ਵੀ ਮੇਰੇ ਦੁਆਲੇ ਹੋਈ ਜਾਣ ਡੇ ਆ। ਠੀਕ ਆ ਸਰ, ਲੈ ਲਾਂਗੇ। ਹਾਂਜੀ ਹਾਂਜੀ, ਨਵਾਂ ਹੀ ਬਾਈ, 6 ਮਹੀਨੇ ਹੋਏ ਆ ਤੇ 25,000 ਦਾ ਲਿਆ ਸੀ ਮੈਂ ਨਵਾਂ। ਵੀਜ਼ਾ ਦੇ ਲਾਂਗੇ ਬਾਈ ਤੁਹਾਡਾ, ਇਹ ਫੋਨ ਵੀਜ਼ਾ ਚ ਕੱਟ ਲਾਂਗੇ। ਅੱਛਾ ਅੱਛਾ, ਫੋਨ ਸਾਫ ਆ, ਵੀਜ਼ਾ ਚ ਕੱਟ ਲਾਂਗੇ। ਤੇ ਕੋਈ ਮੈਨੂੰ ਸੈਕਿੰਡ ਹੈਂਡ ਦਿਖਾ ਦੋ ਜਿਹੜਾ 4-5 ਹਜ਼ਾਰ ਦਾ ਹੋਵੇ ਕੋਈ। ਠੀਕ ਆ, ਹੈਗਾ ਹੈਗਾ ਇੱਕ ਫੋਨ ਸੈਮਸੰਗ ਦਾ ਫੋਨ ਹੈਗਾ ਮੇਰੇ ਕੋਲ 4,000 ਰੁਪਏ ਦਾ, ਉਹ ਦੇ ਦਈਏ। ਹਾਂਜੀ ਦੇ ਦਿਓ। ਹੈਗਾ ਜੀ, ਬੜਾ ਵਧੀਆ ਫੋਨ ਆ, 4,000 ਦਾ ਜੀ। ਇਹਦੇ ਨਾਲ ਹੈਗਾ ਕੋਈ ਸਮਾਨ ਸਮੂਨ? ਹਾਂਜੀ, ਇਹਦਾ ਬਾਕਸ ਵਗੈਰਾ ਸਾਰਾ ਕੁਝ ਦਵਾਂਗੇ ਤੁਹਾਨੂੰ। ਚਲੋ ਠੀਕ ਹੈ ਭਾਜੀ, ਆ ਫਿਰ ਰੱਖ ਲਓ ਤੁਸੀਂ। ਠੀਕ ਹੈ ਤੇ ਠੀਕ ਹੈ ਫਿਰ, ਆ ਦੇ ਦਿਓ ਤੁਸੀਂ, ਇਹਦਾ ਸਮਾਨ ਵਗੈਰਾ ਹੈਗਾ ਤੇ ਦੇ ਦਿਓ, ਇਹਦਾ ਡੱਬਾ ਤੇ ਚਾਰਜਰ ਬਿੱਲ। ਬਿੱਲ ਬੁੱਲ ਸਾਰਾ ਕੁਝ ਹੈਗਾ ਇਹਦਾ, ਤੇ ਉਹ ਮੈਂ ਕਾਲੀ ਕਾਲੀ ਜਾਇਆ, ਮੈਨੂੰ ਚੇਤਾ ਨਹੀਂ ਰਿਹਾ। ਚਲੋ ਕੋਈ ਨਹੀਂ, ਤੁਹਾਨੂੰ ਆਉਂਦਾ ਜਾਂਦਾ ਫੜਾ ਜਾਊਂਗਾ। ਕੋਈ ਗੱਲ ਨਹੀਂ, ਤੁਸੀਂ ਮੈਨੂੰ ਯਾਦ ਨਾਲ ਫੜਾ ਜਾਓ, ਮੈਂ ਅੱਗੇ ਸੇਲ ਕਰਨਾ ਹੁੰਦਾ, ਮੈਨੂੰ ਡੱਬਾ ਤੇ ਚਾਰਜਰ ਇਹਦਾ ਦੇ ਜਿਓ। ਠੀਕ ਆ, ਆਹ ਲੈ ਲਓ ਤੁਸੀਂ, ਇਹਦਾ ਮੈਂ ਤੁਹਾਨੂੰ ਬਾਕਸ ਵਗੈਰਾ ਦੇ ਦਿੰਦਾ। ਠੀਕ ਆ, ਇਹ ਭਾਅ ਜੀ ਵਿੱਚ ਲੈ ਕੇ ਤੇ ਫਿਰ ਕਿੰਨੇ ਪੈਸੇ ਮੈਨੂੰ ਮਿਲਣਗੇ ਹੋਰ? 16,000 ਰੁਪਏ ਤੁਹਾਨੂੰ ਮੈਂ ਨਾਲ ਦੇ ਦੇਣਾ ਨਾ। 20,000 ਦਾ ਤੁਹਾਡਾ ਇਹ ਕੱਟਿਆ ਗਿਆ, ਹਾਂਜੀ, ਤੇ 4,000 ਦਾ ਇਹ ਦੇ, 16,000 ਰੁਪਏ ਤੁਹਾਨੂੰ ਮੈਂ ਹੱਥੀ ਦੇ ਦਿੰਦਾ। ਅੱਛਾ ਚਲੋ ਠੀਕ ਆ, ਦੇ ਦਿਓ ਫਿਰ। ਠੀਕ, ਬੜਾ ਸਾਫ ਹੁੰਦਾ ਹੈ। ਆਹ ਤਾਂ ਬਾਕਸ, ਆਹ ਤੁਹਾਨੂੰ ਪੈਸੇ ਦਿੰਦਾ। ਠੀਕ ਆ, ਠੀਕ ਹੈ ਭਾਅ ਜੀ, ਠੀਕ ਹੈ, ਚਲੋ ਠੀਕ ਹੈ ਭਾਅ ਜੀ, ਥੈਂਕ ਯੂ, ਚੰਗਾ ਜੀ, ਸਤਿ ਸ਼੍ਰੀ ਅਕਾਲ। ਕਿੰਨੇ ਦਾ ਘੱਟ ਪਾ? ਆਇਆ ਨਹੀਂ ਹੈਗਾ, ਮੰਮੀ ਹੋਣੀ ਵੀ ਡੀਕਦੇ ਹੋਣੇ ਕਿ ਪਤਾ ਨਹੀਂ ਕਿੱਥੇ ਚਲਾ ਗਿਆ। ਚਲ ਸ਼ੁਕਰ ਆ ਗਿਆ। ਸ਼ੁਕਰੀਆ ਸ਼ੁਕਰੀਆ ਭਰਾ, ਤੇਰੇ ਦਰਸ਼ਨ ਹੋਏ। ਯਾਰ ਕੁਛ ਨਾ ਪੁੱਛ, ਹੋਰ ਸੁਣਾ ਕੀ ਹਾਲ ਚਾਲ? ਠੀਕ ਠਾਕ ਆ। ਹੋਰ ਫਿਰ ਪੈਸੇ ਲੈ ਕੇ ਆਇਆ ਕਿ ਬਹਾਨਾ ਲੈ ਕੇ ਆਇਆ ਕੋਈ? ਫਿਰ ਹੁਣ ਨਹੀਂ, ਬਹਾਨਾ ਨਹੀਂ ਲੈ ਕੇ ਆਇਆ ਯਾਰ, ਪੈਸੇ ਲੈ ਕੇ ਆਇਆ ਭਰਾ ਤੇਰੇ। ਸ਼ੁਕਰੀਆ ਭਰਾ,
ਨਾਲ ਸੋਰੀ ਯਾਰ ਥੋੜ੍ਹਾ ਜਿਹਾ ਲੇਟ ਹੋ ਗਿਆ। ਲੇਟ ਤੂੰ ਤਾਂ ਭਰਾ ਇਹ ਤਾਂ ਜਾਂਦੀ ਹੋ ਗਿਆ, ਹਾਲੇ 15,000 ਹੀ ਪੂਰਾ। ਚੱਲ ਠੀਕ ਹੈ, ਗਿਣੇ ਹੋਣੇ ਤੂੰ। ਹਾਂ ਚੱਲ ਠੀਕ ਹੈ ਭਰਾ, ਬਹੁਤ ਬਹੁਤ ਮਿਹਰਬਾਨੀ ਤੇਰੀ ਯਾਰ, ਤੂੰ ਔਖੇ ਟਾਈਮ ਸਾਰਤਾ ਥੋੜ੍ਹਾ ਜਿਹਾ ਮੇਰਾ। ਯਾਰ ਉਹ ਨਹੀਂ ਗੱਲ, ਤੈਨੂੰ ਦੱਸਿਆ ਸੀ ਨਾ ਗੱਡੀ ਦੀ ਕਿਸ਼ਤ ਜਾਣੀ ਆ, ਉਹਦੇ ਚੱਕਰ 'ਚ ਫਿਰ ਮੈਂ ਗੁੱਸੇ 'ਚ ਆ ਗਿਆ ਹਾਂ ਅਤੇ ਘਰੇ ਜਾਣਾ ਪਿਆ ਮੈਨੂੰ। ਉੱਦਾਂ ਤਾਂ ਭਾਵੇਂ ਮਹੀਨਾ ਲੇਟ ਹੀ ਦੇ ਦਿੰਦਾ, ਨਾਲ ਇੱਕ ਗੱਲ ਤੂੰ ਫੋਨ ਨਹੀਂ ਚੁੱਕਦਾ ਹੁੰਦਾ, ਤਦ ਕਰਕੇ ਮੈਨੂੰ ਘਰ ਜਾਣਾ ਪਿਆ। ਯਾਰ ਫੋਨ ਚੁੱਕਣ ਨੂੰ ਵੀ ਜੀ ਨਹੀਂ ਕਰਦਾ, ਪੈਸੇ ਦੀ ਕਿਤੋਂ ਅਰੇਂਜਮੈਂਟ ਹੋਣ ਨਹੀਂ ਡਿਆ ਅਤੇ ਸਮਝ ਨਹੀਂ ਲੱਗਦੀ, ਫਿਰ ਤੈਨੂੰ ਵੀ ਕੀ ਕਹਾਂ ਫੋਨ ਚੁੱਕ ਕੇ। ਆਹੋ ਫਿਰ ਇਸੇ ਕਰਕੇ ਫਿਰ ਕਿਸੇ ਨੂੰ ਧਾਰ ਦੇਣ ਨੂੰ ਜੀ ਨਹੀਂ ਨਾ ਕਰਦਾ। ਚੱਲ ਕੋਈ ਗੱਲ ਨਹੀਂ ਯਾਰ, ਫਿਰ ਚੱਲ ਠੀਕ ਹੈ, ਚੱਲ ਚੰਗਾ ਚੰਗਾ ਫਿਰ। ਚਲੀਏ ਤੇਜਿੰਦਰ। ਹਾਂ ਹਾਂ ਬਸ ਮਾੜਾ ਜਿਹਾ ਸਾਫ਼ ਕਰ ਲਾਂ ਮੋਟਰਸਾਈਕਲ। ਵੇਖ ਲਓ ਮਿਹਨਤ ਕੀਤੀ ਦਾ ਫਲ ਮਿਲ ਹੀ ਗਿਆ ਨਾ, ਸਰਕਾਰੀ ਨੌਕਰੀ ਲੱਗ ਗਈ ਮੇਰੀ। ਹਾਂ ਇਹ ਤਾਂ ਹੈ ਵਾ ਯਾਰ, ਤੂੰ ਮਿਹਨਤ ਵੀ ਤਾਂ ਬੜੀ ਕੀਤੀ ਨਾ, ਪਹਿਲਾਂ ਕਿੱਥੇ ਪਿੰਡ ਵਿੱਚ ਰਹਿੰਦੇ ਸੀਗੇ, ਫਿਰ ਸ਼ਹਿਰ 'ਚ ਘਰ ਲੈ ਕੇ ਇੱਥੇ ਸਟੱਡੀ ਕੀਤੀ। ਇਹ ਸਾਰਾ ਕੁਝ ਨਾ ਤੁਹਾਡੇ ਕਰਕੇ ਹੋਇਆ, ਜੇ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਫਿਰ ਕਿੱਥੇ ਨੌਕਰੀ ਲੱਗਣੀ ਸੀ ਮੇਰੀ। ਚੱਲ ਤੂੰ ਵੀ ਤਾਂ ਕਾਫ਼ੀ ਮਿਹਨਤ ਕੀਤੀ। ਚਲੋ ਦੋਵਾਂ ਨੇ ਮਿਹਨਤ ਕੀਤੀ ਤਾਂ ਦੋਵਾਂ ਨੂੰ ਫਲ ਮਿਲ ਗਿਆ। ਆਹੋ ਇੱਦਾਂ ਰਲ ਮਿਲ ਕੇ ਕੰਮ ਹੁੰਦੇ ਆ ਕਿ। ਹਾਂਜੀ ਧੀਏ, ਮੈਂ ਵੀ ਤੈਨੂੰ ਐਵੇਂ ਗੁੱਸੇ ਹੁੰਦੀ ਰਹੀ, ਮੈਨੂੰ ਨਹੀਂ ਸੀ ਪਤਾ ਵੀ ਪੜ੍ਹਾਈ ਦਾ ਆਹ ਮੁੱਲ ਹੁੰਦਾ ਆ। ਚੱਲ ਅੱਜ ਤੈਨੂੰ ਸਰਕਾਰੀ ਨੌਕਰੀ ਮਿਲ ਗਈ ਆ ਅਤੇ ਮਿਹਨਤ ਦਾ ਫਲ ਮਿਲ ਗਿਆ। ਹਾਂਜੀ ਮੰਮੀ ਜੀ। ਚਲੋ ਮੰਮੀ ਜੀ ਤੁਸੀਂ ਮੇਰਾ ਬਹੁਤ ਸਾਥ ਦਿੱਤਾ, ਜੇ ਤੁਸੀਂ ਉਹ ਘਰ 'ਚੋਂ ਇੱਥੇ ਨਾ ਆਉਂਦੇ ਤਾਂ ਫਿਰ ਮੈਨੂੰ ਨੌਕਰੀ ਕਿੱਥੇ ਮਿਲ ਜਾਣੀ ਸੀ। ਚੱਲ ਕੋਈ ਨਹੀਂ ਧੀਏ, ਤੂੰ ਦਿਲ ਲਾ ਕੇ ਨੌਕਰੀ ਕਰ, ਕੰਮ ਦੀ ਚਿੰਤਾ ਨਾ ਕਰੀ, ਕੰਮ ਮੈਂ ਆਪੇ ਵੇਖ ਲਿਆ ਕਰੂੰਗੀ। ਕੋਈ ਗੱਲ ਨਹੀਂ ਮੰਮ ਜੀ, ਕੰਮ ਆਪਾਂ ਨਾ ਇੱਧਰ ਰਲ ਮਿਲ ਕੇ ਕਰ ਲਾਂਗੇ, ਨਾਲੇ ਮੰਮ ਜੀ ਬਾਅਦ 'ਚ ਨਾ ਆਪਾਂ ਕੰਮ ਵਾਲੀ ਰੱਖ ਲਾਂਗੇ। ਜਾਣਾ ਨਹੀਂ ਹੁਣ, ਲੇਟ ਹੋਣਾ ਹੈ। ਚਲੋ 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 ਚੰਗਾ ਮੰਮ ਜੀ, ਚਲੋ ਲਾਓ ਬਾਹਰ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਜੇ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਮੇਰਾ ਵੀ। ਹੋਰ ਵੀਰਾ ਠੀਕ ਠਾਕ ਆ? ਹਾਂ ਠੀਕ ਠਾਕ, ਆਇਆ ਸੀ ਫੋਨ। ਅੱਛਾ ਤਾਂ ਕੰਮ ਮਿਲ ਗਿਆ ਉਹਨੂੰ? ਹਾਂ ਮਿਲ ਗਿਆ, ਕਹਿਣ ਡੇ ਸੀ ਮਿਲ ਗਿਆ, ਜਾਂਦੇ ਹੁਣ ਕੰਮ 'ਤੇ। ਚਲੋ ਵਧੀਆ, ਕਦੋਂ ਆਉਣਾ ਫਿਰ ਵਾਪਸ? ਹਜੇ ਦੀਦੀ ਤੁਹਾਨੂੰ ਪਤਾ ਹਫ਼ਤਾ ਤਾਂ ਹੋਇਆ ਗਿਆ, ਹੁਣ ਬਾਹਰ ਗਿਆ ਫਿਰ ਟਾਈਮ ਤਾਂ ਲੱਗ ਹੀ ਜਾਂਦਾ, 2 ਸਾਲ ਬਾਅਦ ਹੀ ਆਉਣਗੇ। ਹਾਂਜੀ ਇਹ ਤਾਂ ਹੈ, ਤੁਹਾਡਾ ਜੀ ਲੱਗ ਗਿਆ ਇਕੱਲਿਆਂ ਦਾ? ਮੈਂ ਤਾਂ ਆਪ ਫਿਰ ਜਦੋਂ ਇਹ ਚਲ ਗਏ ਸੀ ਤਾਂ ਪੇਕੇ ਆ ਗਈ ਸੀ। ਅੱਛਾ ਅੱਛਾ, ਹਾਂਜੀ ਭਾਬੀ ਜੀ ਵੈਸੇ ਇਹ ਗੱਲ ਤਾਂ ਹੈਗੀ ਆ, ਸਾਰਾ ਦਿਨ ਵੀ ਕਿੱਥੇ ਨਿਕਲਦਾ ਬੰਦੇ ਦਾ, ਤੁਸੀਂ ਕਿਹੜੀ ਕੋਈ ਜੋਬ ਕਰਦੇ ਜੇ, ਬੰਦਾ ਜੋਬ ਕਰਦਾ ਹੈ ਨਾ ਫਿਰ ਵੀ ਟਾਈਮ ਪਾਸ ਹੋ ਜਾਂਦਾ। ਇਹ ਤਾਂ ਤੁਹਾਡੀ ਗੱਲ ਸਹੀ ਹੈ, ਵਿਹਲੇ ਬੰਦੇ ਦੀ ਭਾਬੀ ਜੀ ਕਾਹਦੀ ਜ਼ਿੰਦਗੀ ਆ, ਵਿਹਲਾ ਬੰਦਾ ਤਾਂ ਬੇਕਾਰ ਹੀ ਹੁੰਦਾ ਵਾ। ਨਾਲੇ ਇੱਕ ਹੋਰ ਖੁਸ਼ਖਬਰੀ ਹੈਗੀ ਜੇ। ਕਿਹੜੀ? ਮੇਰੀ ਨਾ ਸਰਕਾਰੀ ਨੌਕਰੀ ਲੱਗ ਗਈ ਹੈ। ਅੱਛਾ ਦੀਦੀ, ਇਹ ਤਾਂ ਫਿਰ ਬੜੀ ਖੁਸ਼ੀ ਵਾਲੀ ਗੱਲ ਆ। ਹਾਂਜੀ ਅਤੇ ਤੁਸੀਂ ਇੱਦਾਂ ਕਰੋ, ਹਫ਼ਤਾ ਕੁ ਫਿਰ ਮੇਰੇ ਕੋਲ ਵੀ ਆ ਜਾਓ ਰਹਿਣ, ਆਪਾਂ ਨਾ ਪਾਰਟੀ ਸ਼ਾਰਟੀ ਕਰਾਂਗੇ। ਹਾਂ ਕੋਈ ਨਹੀਂ, ਆਵਾਂਗੀ ਮੈਂ ਫਿਰ ਕਿਸੇ ਦਿਨ। ਚਲੋ ਠੀਕ ਆ, ਚਲੋ ਠੀਕ ਹੈ, ਚੰਗਾ ਫਿਰ। ਹਾਂ ਓਕੇ ਓਕੇ। ਸੰਦੀਪ ਰੋਟੀ ਲਿਆਵਾਂ ਤੇਰੇ ਵਾਸਤੇ? ਨਹੀਂ ਮੰਮੀ ਜੀ ਮੈਂ ਨਹੀਂ ਖਾਣੀ ਅਜੇ,
ਮੈਨੂੰ ਨਾ ਟੈਨਸ਼ਨ ਬਹੁਤ ਆ। ਕਿਉਂ, ਕਾਹਦੀ ਟੈਨਸ਼ਨ ਆ, ਹੁਣ ਕੀ ਹੋ ਗਿਆ? ਮਮਜੀ, ਉਹ ਤੁਹਾਨੂੰ ਦੱਸਣ ਵਾਲੀ ਗੱਲ ਨਹੀਂ ਆ। ਦੱਸਣ ਵਾਲੀ ਗੱਲ ਨਹੀਂ ਆ? ਸੰਦੀਪ, ਕੀ ਗੱਲ ਹੋਈ ਹੈ? ਅੱਜ ਪਹਿਲਾ ਦਿਨ ਸੀਗਾ ਤੇਰਾ ਜੋਬ ਦਾ, ਕੋਈ ਗੱਲ ਹੋਈ ਉੱਥੇ? ਨਹੀਂ, ਗੱਲ ਤਾਂ ਨਹੀਂ ਕੋਈ ਹੋਈ, ਪਰ ਜਦੋਂ ਮੈਂ ਅੱਜ ਪਹਿਲੇ ਦਿਨ ਗਈ ਨਾ, ਤਾਂ ਮੇਰੇ ਸਟਾਫ ਮੈਂਬਰ ਕੋਲ ਨਾ ਸਾਰਾ ਕੋਲ ਆਈਫੋਨ ਸੀ। ਤਾਂ ਮੈਂ ਸੋਚਣੀ ਆ ਕਿ ਜੇ ਮੇਰੇ ਕੋਲ ਵੀ ਆਈਫੋਨ ਹੋਏ ਤਾਂ ਕਿੰਨਾ ਵਧੀਆ ਹੋਏ। ਅਤੇ ਸੰਦੀਪ, ਕੋਈ ਗੱਲ ਨਹੀਂ, ਆਪਾਂ ਲੈ ਲਵਾਂਗੇ ਬਾਅਦ 'ਚੋਂ। ਬਾਅਦ 'ਚੋਂ ਕਦੋਂ? ਆ ਨਕਲੀ ਜਿਹਾ ਫੋਨ ਕੱਢਣ ਦਾ ਮੇਰਾ ਨਹੀਂ ਦਿਲ ਕਰਦਾ ਉੱਥੇ। ਮੈਂ ਇਕੱਲੀ ਚੰਗੀ ਲੱਗਦੀ ਹਾਂ, ਸਾਰੇ ਵਿੱਚ ਆਈਫੋਨ ਵਾਲੇ ਹੋਣ ਤਾਂ ਮੈਂ ਇਕੱਲੀ ਵੀਵੋ ਵਾਲੀ। ਸੰਦੀਪ, ਮੁੰਡਾ ਸਹੀ ਤਾਂ ਕਹਿਣ ਡਿਆ ਆ, ਕੋਈ ਗੱਲ ਨਹੀਂ, ਜਦੋਂ ਤੇਰੀ ਤਨਖਾਹ ਆਏਗੀ ਤਾਂ ਆਪੇ ਲੈ ਦੇਗਾ। ਤਾਂ ਮੰਮ ਜੀ, ਹੁਣ ਕਾਹਦੀ ਟੈਨਸ਼ਨ ਆ, ਹੁਣ ਤਾਂ ਸਗੋਂ ਕਿਸ਼ਤਾਂ 'ਤੇ ਲੈ ਲੈਂਦੇ ਆਪਾਂ, ਜਦੋਂ ਤਨਖਾਹ ਆਏਗੀ ਤਾਂ ਆਪੇ ਤਾਂ ਜਿੰਦੇ ਦੇ ਦੇਣਗੇ। ਪਰ ਯਾਰ ਸੰਦੀਪ, ਅਜੇ ਤਾਂ ਪੂਰੀ ਤਨਖਾਹ ਵੀ ਨਹੀਂ ਮਿਲਦੀ, ਉਹ ਵੀ ਪਤਾ ਨਹੀਂ ਕਦੋਂ ਪੂਰੀ ਮਿਲਣੀ ਸ਼ੁਰੂ ਹੋਣੀ ਆ। ਅਤੇ ਆਈਫੋਨ ਕਿਹੜਾ ਸਸਤਾ ਹੁੰਦਾ ਵਾ, 70-80 ਹਜ਼ਾਰ ਦਾ ਆਈਫੋਨ ਆਉਣਾ ਆ। ਤਜਿੰਦਰ, ਮੈਨੂੰ ਨਹੀਂ ਪਤਾ, ਮੈਨੂੰ ਆਈਫੋਨ ਚਾਹੀਦਾ ਵਾ। ਪਹਿਲਾਂ ਵੀ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਅਤੇ ਹੁਣ ਵੀ ਦੇ ਦਿਓ, ਹਾਂ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ। ਆਈਫੋਨ ਨਹੀਂ ਮੰਗਿਆ ਮੈਂ, ਕਿਹੜਾ ਗੱਡੀ ਕਹਿਤਾ ਵੀ ਗੱਡੀ ਲੈ ਲਓ। ਯਾਰ ਜਿਹੜੇ ਕੰਮ 'ਚ ਸਾਥ ਦੇਣ ਦੀ ਲੋੜ ਆ ਨਾ, ਮੈਂ ਕਦੀ ਪਿੱਛੇ ਹਟਿਆ ਵਾਂ, ਪਰ ਮੈਨੂੰ ਨਹੀਂ ਲੱਗਦਾ ਕਿ ਆਈਫੋਨ ਲੈਣਾ ਕੋਈ ਜ਼ਰੂਰੀ ਆ। ਯਾਰ ਆਈਫੋਨ ਬਿਨਾਂ ਸਾਰ ਹੀ ਸਕਦਾ ਵਾ, ਫੋਨ 'ਤੇ ਗੱਲ ਉੱਤੇ ਕਰਨੀ ਹੈ, ਫੋਨ 'ਤੇ ਗੱਲ ਇੱਥੇ ਹੋ ਜਾਂਦੀ ਹੈ। ਮੈਂ ਆਹ ਵਾਲਾ ਫੋਨ ਨਹੀਂ ਲੈ ਕੇ ਜਾਇਆ ਕਰਨਾ, ਬਸ ਮੈਨੂੰ ਆਈਫੋਨ ਚਾਹੀਦਾ। ਕਿਸ਼ਤਾਂ 'ਤੇ ਲੈ ਲਓ, ਹਾਂ ਹੁਣ ਤਾਂ ਮੈਂ ਵੀ ਨੌਕਰੀ ਕਰਦੀ ਹਾਂ। ਚੱਲ ਕੋਈ ਗੱਲ ਨਹੀਂ, ਦੇਖਦੇ ਹਾਂ। ਨਹੀਂ, ਇਹ 'ਚ ਦੇਖਣ ਵਾਲੀ ਕਿਹੜੀ ਗੱਲ ਆ, ਮੈਨੂੰ ਨਾ ਆਈਫੋਨ ਚਾਹੀਦਾ। ਤੁਸੀਂ ਇਹ ਚਾਹੁੰਦੇ ਜੇ ਕਿ ਤੁਹਾਡੀ ਵਾਈਫ ਦੀ ਉੱਥੇ ਸਾਰਾ ਸਾਹਮਣੇ ਬੇਇੱਜ਼ਤੀ ਹੋਏ ਜਦੋਂ ਮੈਂ ਵੀਵੋ ਦਾ ਟੁੱਟਾ ਜਿਹਾ ਫੋਨ ਕਰਦਾ। ਮੁੰਡਿਆ, ਦੱਸ ਇਹ ਨਿਆਣੀ ਆ, ਇੱਕੋ ਗੱਲ ਦੇ ਮਗਰ ਪੈ ਗਈ ਆ ਵੀ ਮੈਨੂੰ ਆਈਫੋਨ ਚਾਹੀਦਾ, ਆਈਫੋਨ ਚਾਹੀਦਾ। ਐਡੀ ਛੇਤੀ ਹੁਣ ਕਿੱਥੋਂ ਲਿਆ ਦੇਗਾ ਤੂੰ ਆਈਫੋਨ? ਉਹ ਤਾਂ ਮੰਮੀ, ਗੱਲ ਦੀ ਮੈਂ ਸੋਚਣ ਡਿਆ ਹਾਂ, ਅਜੇ ਤਾਂ ਪਹਿਲਾ ਦਿਨ ਸੀਗਾ ਇਹਦਾ, ਅਤੇ ਨਾਲ ਮੰਮੀ ਲੋਕਾਂ ਕੋਲ ਤਾਂ ਬੜੀਆਂ ਬੜੀਆਂ ਚੀਜ਼ਾਂ ਵਾ, ਹੁਣ ਲੋਕਾਂ ਵੱਲ ਵੇਖ ਕੇ ਤੇ ਆਪਣਾ ਘਰ ਥੋੜ੍ਹੀ ਖਰਾਬ ਕਰ ਲੈਣਾ। ਇਹ ਤਾਂ ਰੋਜ਼ ਨਵੀਆਂ ਡਿਮਾਂਡਾਂ ਰੱਖਿਆ ਕਰੂੰਗੀ ਵੀ ਫਲਾਣੇ ਕੋ ਅੱਜ ਆ ਆ, ਫਲਾਣੇ ਕੋ ਆ ਆ, ਅਤੇ ਕੀ ਕਰੇਗਾ ਫਿਰ ਤੂੰ? ਚੱਲ ਵੇਖਦੇ ਹਾਂ ਕੀ ਕਰਨਾ ਹੈ, ਕੋਈ ਬਹਾਨਾ ਬਹੁਨਾ ਲਾਉਣਾ ਹੈ ਜੇ ਮਨ ਜੂਗੀ ਤਾਂ। ਚੱਲ ਵੇਖ ਲੈ ਜਿੱਦਾਂ ਕਰਨੀ ਆ, ਅੱਗੇ ਤੂੰ ਮੇਰੀ ਕਿਹੜੀ ਸੁਣਦਾ ਆ, ਉਹਦੀ ਮੰਨਦਾ ਆ। ਜੇ ਮੈਂ ਘਰਵਾਲੀ ਦੀ ਮੰਨਾਂ ਤਾਂ ਦੁਖੀ, ਜੇ ਮਾਂ ਦੀ ਮੰਨਾਂ ਤਾਂ ਦੁਖੀ, ਉਹਨੇ ਕਹਿਣਾ ਮੇਰਾ ਖਿਆਲ ਨਹੀਂ ਰੱਖਦੇ, ਕਰਾਂ ਤਾਂ ਕਰਾਂ ਕੀ ਮੈਂ, ਫਸਿਆ ਤਾਂ ਬੰਦਾ ਹੁੰਦਾ ਨਾ ਵਿੱਚ। ਜਨਾਨੀਆਂ ਦੇ ਕਹਿ ਕੇ ਚੱਲ ਜਾਂਦੀਆਂ ਵੀ ਮੇਰੀ ਗੱਲ ਨਹੀਂ ਸੁਣਦਾ, ਮੇਰੀ ਗੱਲ ਨਹੀਂ ਸੁਣਦਾ। ਉਦੋਂ ਵੀ ਜੇ ਮੰਮੀ ਪਿੱਛੇ ਲੱਗ ਕੇ ਇਹਨੂੰ ਮੈਂ ਪੜ੍ਹਾਉਂਦਾ ਨਾ, ਅਤੇ ਹੋ ਸਕਦਾ ਰਿਸ਼ਤਾ ਇੱਥੋਂ ਤੱਕ ਨਾ ਪਹੁੰਚਦਾ, ਉਦੋਂ ਵੀ ਇਹਨੇ ਲੜ ਲੁੜ ਕੇ ਚੱਲ ਜਾਣਾ ਸੀਗਾ। ਅਤੇ ਜੇ ਮੈਂ ਸਾਥ ਦਿੱਤਾ ਵਾ, ਅਤੇ ਹੁਣ ਆ ਨਵੀਂ ਗੱਲ ਸੁਣਾਤੀ ਅੱਜ। ਇਹਨੂੰ ਪੜ੍ਹਾਉਣ ਵਾਸਤੇ
ਮੈਂ ਆਪਣੀਆਂ ਪਰਸਨਲ ਚੀਜ਼ਾਂ ਤੱਕ ਵੇਚਦਾ ਰਿਹਾ ਅਤੇ ਹੁਣ ਜੇ ਨੌਕਰੀ ਲੱਗ ਹੀ ਗਈ ਆ ਅਤੇ ਗੱਲ ਤਾਂ ਫਿਰ ਉੱਥੇ ਦੀ ਉੱਥੇ ਖਲੋਤੀ ਆ। ਮੈਂ ਕਿੱਥੋਂ ਲਿਆਵਾਂ ਹੁਣ ਆਈਫੋਨ? ਟੈਨਸ਼ਨ ਤੇ ਟੈਨਸ਼ਨ, ਟੈਨਸ਼ਨ ਤੇ ਟੈਨਸ਼ਨ। ਦਿਨ ਰਾਤ ਮੈਂ ਇੱਕ ਕੀਤਾ, ਇੰਨੀ ਮਿਹਨਤ ਮੈਂ ਕੀਤੀ ਹੈ, ਸਾਰੀ ਰਾਤ ਰਾਤ ਪੜ੍ਹਦੀ ਰਹੀ, ਨੌਕਰੀ ਲਈ ਆ, ਹੁਣ ਇੱਕ ਆਈਫੋਨ ਵੀ ਨਹੀਂ ਲੈ ਕੇ ਦੇ ਸਕਦੇ? ਇੰਨੀ ਮਿਹਨਤ ਮੈਂ ਕਰਾਂ ਤਾਂ ਬਾਅਦ 'ਚ ਉੱਥੇ ਜਾ ਕੇ ਕੱਲ੍ਹ ਨੂੰ ਬੇਇੱਜ਼ਤੀ ਕਰਾਉਣੀ ਆ। ਫਿਰ ਨਰਸ ਲੱਗੀ ਤਾਂ ਫੋਨ ਮੈਂ ਰੱਖਿਆ, ਆਈਫੋਨ ਤਾਂ ਮੈਂ ਲੈ ਕੇ ਰਹਿਣਾ। ਇੱਕ ਆਈਫੋਨ ਕੀ ਮੰਗ ਲਿਆ ਤਾਂ ਕਿੱਦਾਂ ਮਾਂ ਪੁੱਤ ਨੇ ਮੂੰਹ ਬਣਾ ਲਏ, ਜਿੱਦਾਂ ਕੋਹੀਨੂਰ ਦਾ ਹੀਰਾ ਮੰਗ ਲਿਆ ਏ। ਕੋਈ ਨਹੀਂ, ਕੰਮ ਹੁਣ ਮੈਂ ਵੀ ਨਹੀਂ ਕਰਿਆ ਕਰਨਾ, ਆਪਣੀ ਕਮਾਈ ਕਰਦੀ ਹਾਂ, ਕੰਮ ਵਾਲੀ ਰੱਖ ਲੈਂਦੀ ਹਾਂ, ਦੇ ਦਿਆ ਕਰੂੰ ਵਿੱਚੋਂ 1000 ਰੁਪਈਆ। ਮੈਂ ਉੱਥੇ ਘਰ ਦੇ ਕੰਮ ਵੀ ਕਰਾਂ ਅਤੇ ਜਾ ਕੇ ਬਾਹਰ ਵੀ ਕੰਮ ਕਰਾਂ, ਮੈਨੂੰ ਕੌਣ ਸਿਆਣੀ ਆਖੂਗਾ?